ਕਿਤੇ ਨਾ ਕਿਤੇ ਫਿਰ ਵੀ ਆਮ ਆਦਮੀ ਪਾਰਟੀ ਨੇ ਕਿਹਾ ਸੀ ਕਿ ਤੁਸੀਂ ਆਪਣਾ ਉਮੀਦਵਾਰ ਨੂੰ ਆਜ਼ਾਦ ਕਰ ਦਿਓ ਤੇ ਅਸੀਂ ਵੀ ਆਪਣੀ ਹਮਾਇਤ ਦੇਵਾਂਗੇ ਕੀ ਸੋਚਦੇ ਆ ਇਹਨਾਂ ਦੇ ਪੱਲੇ ਕਿਸੇ ਦੇ ਇਹਨਾਂ ਦੇ ਹਮਾਇਤ ਕਾਹਦੇ ਲਈ ਲੈਣੀ ਅਸੀਂ ਉਹਨਾਂ ਦਾ ਭੋਗ ਪੈ ਚੁੱਕਾ ਵਾ ਸਿਰਫ ਭਗਵੰਤ ਮਾਨ ਨੂੰ ਆਪਣੇ ਕਮੇਡੀਅਨ ਸਟੇਟਸ ਕਰਕੇ ਲੋਕ ਉਹਨੂੰ ਫੋਲੋ ਕਰ ਰਹੇ ਨੇ ਔਰ ਉਹ ਜਿਹੜਾ ਕੇਜਰੀਵਾਲ ਆ ਉਹ ਇਹਨਾਂ ਦੇ ਕਾਂਗਰਸ ਨਾਲ ਮਿਲੀ ਭੁਗਤ ਨਾਲ ਮੈਨੂੰ ਉੱਥੋਂ ਵੀ ਹਟਾ ਦਿੱਤਾ ਵੀਰ ਦਵਿੰਦਰ ਹੁਣ ਵੀ ਕਹਿ ਰਹੇ ਹੈ ਕਿ ਤੁਹਾਡਾ ਹੰਕਾਰ ਦੇ ਕਾਰਨ ਹੀ ਉਹ ਟੁੱਟ ਚੁੱਕਾ ਕਿਉਂ ਹਜ਼ਾਰਾਂ ਕਰੋੜਾਂ ਰੁਪਏ ਇਹਨਾਂ ਨੇ ਗਲਤ ਢੰਗ ਨਾਲ ਰਿਸ਼ਵਤਖੋਰੀ ਕਰਕੇ ਭ੍ਰਿਸ਼ਟਾਚਾਰ ਕੇ ਕਮਾਏ ਕਰਕੇ ਕਮਾਏ ਇਹ ਸਾਡੇ ਤੇ ਇਲਜ਼ਾਮ ਲਾਉਂਦੇ ਨੇ ਐਵੇਂ ਬੇਤੁਕੇ ਇਲਜ਼ਾਮ ਇਹਨਾਂ ਦੀ ਕੋਈ ਵੈਲਿਊ ਨਹੀਂ ਕੀ ਤੁਹਾਨੂੰ ਲੱਗਦਾ ਕਿ ਕੇਵਲ ਵੋਟਾਂ ਦੇ ਵੇਲੇ ਚੇਤਾ ਆਉਂਦਾ ਢਾਈ ਸਾਲ ਬਿਲਕੁਲ ਸੌ ਜਾਂਦੇ ਕਿਹੜੇ ਮੂੰਹ ਨਾਲ ਕਹਿੰਦੇ ਕਿ ਅਸੀਂ ਪੰਜਾਬ ਜਾਂ ਬਠਿੰਡੇ ਦਾ ਵਿਕਾਸ ਕਰਾਇਆ ਹਾਲੇ ਤੱਕ ਅਵਾਰਾ ਪਸ਼ੂ ਤੇ ਅਵਾਰਾ ਕੁੱਤੇ ਤਾਂ ਸਾਹਮਣੇ ਨਹੀਂ ਗਏ ਇਹਨਾਂ ਦੇ ਕੋਲੋਂ ਹਰਸਿਮਰਤ ਕੌਰ ਬਾਦਲ ਜਿਹੜੇ ਕਿ ਇਸ ਟਾਈਮ ਵੀ ਕਹਿ ਰਹੇ ਹੈਗੇ ਕਿ ਤੁਹਾਨੂੰ ਹਮੇਸ਼ਾ ਹੀ ਟਾਰਗੇਟ ਬਣਾਇਆ ਜਾਂਦਾ ਕਹਿੰਦੇ ਕੁਰਸੀ ਦੀ ਭੁੱਖ ਸੀ ਬਾਦਲ ਹੁਣੀ ਤਾਂ ਚਲੋ ਬੇਈਮਾਨ ਸੀ ਉਹਨਾਂ ਨੇ ਤਾਂ ਵੋਟਾਂ ਦਾ ਸੌਦਾ ਕਰਨਾ ਸੀਗਾ ਡੇਰਾ ਸੱਚਾ ਸੌਦਾ ਨਾਲ ਅਕਾਲ ਚੈਨਲ ਨੂੰ ਸਬਸਕ੍ਰਾਈਬ ਕਰੋ ਨਵੀਂ ਵੀਡੀਓਜ਼ ਦੀ ਨੋਟੀਫਿਕੇਸ਼ਨ ਦੇ ਲਈ ਬੈਲ ਆਈਕਨ ਨੂੰ ਕਲਿੱਕ ਕਰਨਾ ਨਾ ਭੁੱਲਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੁਸੀਂ ਦੇਖ ਰਹੇ ਹੋ ਅਕਾਲ ਚੈਨਲ ਤੇ ਮੈਂ ਹਾਂ ਤਜਿੰਦਰ ਸਿੰਘ ਇਸ ਟਾਈਮ ਦੇ ਉੱਤੇ ਜਿਹੜੀ ਗੱਲਬਾਤ ਚੱਲ ਰਹੀ ਹੈ ਲੋਕ ਸਭਾ ਇਲੈਕਸ਼ਨ ਜਿਵੇਂ ਕਿ ਪੂਰੇ ਇੰਡੀਆ ਦੇ ਵਿੱਚ ਹੋ ਰਹੀ ਹੈਗੀ ਆ ਤੇ ਜੇ ਇਸ ਟਾਈਮ ਗੱਲ ਕਰਦੇ ਹੈਗੇ ਤੇ ਕੁਝ ਸੀਟਾਂ ਹੌਟ ਸੀਟ ਜਿਵੇਂ ਕਿਹਾ ਜਾਂਦਾ ਹੈਗਾ ਵਾ ਜਿਵੇਂ ਬਠਿੰਡਾ ਸੀਟ ਹੈਗੀ ਆ ਉਸ ਦੇ ਵਿੱਚ ਮਤਲਬ ਕਿ 3-4 ਨਾਮ ਜਿਹੜੇ ਮੇਨ ਹੈਗੇ ਆ ਜਿਹਦੇ ਵਿੱਚ ਸੁਖਪਾਲ ਸਿੰਘ ਖਹਿਰਾ ਬੀਬਾ ਹਰਸਿਮਰਤ ਕੌਰ ਬਾਦਲ ਵੀ ਬਲਜਿੰਦਰ ਕੌਰ ਅਤੇ ਰਾਜਾ ਵੜਿੰਗ ਜਿਹੜੇ ਕਿ 4 ਦਾਅਵੇਦਾਰ ਹੈਗੇ ਆ ਮੇਨ ਅਤੇ 4 ਆਪਣੀ ਜਿੱਤ ਦਾ ਦਾਅਵਾ ਕਰ ਰਹੇ ਹੈਗੇ ਆ ਇਸ ਟਾਈਮ ਸਾਡੇ ਨਾਲ ਸੁਖਪਾਲ ਸਿੰਘ ਖਹਿਰਾ ਜਿਹੜੇ ਕਿ ਵਿਰੋਧੀ ਧਿਰ ਦੇ ਨੇਤਾ ਵੀ ਰਹੇ ਹੈਗੇ ਆ ਕੁਰਸੀ ਛੱਡ ਕੇ ਦੁਬਾਰਾ ਆਪਣੀ ਪਾਰਟੀ ਬਣਾਈ ਹੁਣ ਕਿਵੇਂ ਲੱਗਦਾ ਹੈਗਾ ਵਾ ਬਠਿੰਡੇ ਤੋਂ ਕਿਵੇਂ ਲੱਗਦਾ ਹੈਗਾ ਵਾ ਖਡੂਰ ਸਾਹਿਬ ਦੀ ਇਲੈਕਸ਼ਨ ਜਿਹੜੀ ਲੜ ਰਹੇ ਹੈਗੇ ਆ ਬਹੁਤ ਵੱਡੇ ਪੱਧਰ ਦਾ ਪੀਡੀਏ ਦਾ ਅਲਾਇੰਸ ਹੋ ਚੁੱਕਾ ਵਾ ਇਸ ਟਾਈਮ 'ਤੇ ਪੰਜਾਬ ਦੇ ਵਿੱਚ ਕੀ ਲੱਗਦਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਕਿਹਦੀ ਸਰਕਾਰ ਬਣੂਗੀ ਉੱਪਰ ਵਾਸਤੇ ਆਪਾਂ ਕੇਂਦਰ ਦੀ ਗੱਲ ਕਰਾਂਗੇ ਅਤੇ ਨਾਲ ਉਸ ਤੋਂ ਬਾਅਦ ਪੰਜਾਬ ਦੀ ਗੱਲਬਾਤ ਕਰਾਂਗੇ ਸੁਖਪਾਲ ਸਿੰਘ ਖਹਿਰਾ ਸਾਡੇ ਨਾਲ ਹੈਗਾ ਸੁਖਪਾਲ ਸਿੰਘ ਖਹਿਰਾ ਜੀ ਕੀ ਲੱਗਦਾ ਤੁਹਾਨੂੰ ਬਸ ਵਾਹਿਗੁਰੂ ਦੀ ਕਿਰਪਾ ਜੀ ਅਸੀਂ ਕਾਫੀ ਮਿਹਨਤ ਕੀਤੀ ਆ ਕੈਂਪੇਨ ਲਗਭਗ ਅਖੀਰਲੇ ਚਰਨ 'ਚ ਆ ਚੁੱਕਿਆ ਵਾ ਮੈਂ ਆਪਣੀ ਸੀਟ ਬਠਿੰਡਾ ਤੋਂ ਇਲਾਵਾ ਤਕਰੀਬਨ 6-7 ਪਾਰਲੀਮੈਂਟ ਸੀਟਸ ਅਨੰਦਪੁਰ ਤੋਂ ਲੈ ਕੇ ਜਲੰਧਰ ਹੁਸ਼ਿਆਰਪੁਰ ਖਡੂਰ ਸਾਹਿਬ ਫਰੀਦਕੋਟ ਸਾਰੇ ਮੈਂ ਜਾ ਕੇ ਆਇਆ ਵਾਂ ਮੈਨੂੰ ਲੱਗਦਾ ਵਾ ਕਿ ਜਿਹੜੇ ਆਮ ਪੰਜਾਬ ਦੀ ਜਨਤਾ ਉਹ ਇਹਨਾਂ ਦੋਨਾਂ ਰਵਾਇਤੀ ਪਾਰਟੀਆਂ 'ਚੋਂ ਅੱਕ ਅਤੇ ਥੱਕ ਚੁੱਕੇ ਨੇ ਅਫਕੋਰਸ ਕਿਤੇ ਨਾ ਕਿਤੇ ਇਹਨਾਂ ਪਾਰਟੀਆਂ ਦਾ ਬੜਾ ਡੂੰਘਾ ਕੇਡਰ ਬਣਿਆ ਹੋਇਆ ਇਨਫਰਾਸਟ੍ਰਕਚਰ ਆ ਔਰ ਜਿੱਦਾਂ ਕਾਂਗਰਸ ਦੇ ਕੋਲ ਸਰਕਾਰ ਆ ਉਹਨਾਂ ਨੂੰ ਸਰਕਾਰ ਦਾ ਬੈਨੀਫਿਟ ਆ ਬਟ ਮੈਨੂੰ ਉਮੀਦ ਹੈ ਕਿ ਪੰਜਾਬ ਡੈਮੋਕਰੈਟਿਕ ਅਲਾਇੰਸ ਦੇ ਉਮੀਦਵਾਰ ਸਾਰੀਆਂ 13 ਸੀਟਾਂ 'ਤੇ ਬਹੁਤ ਰਿਸਪੈਕਟੇਬਲ ਵੋਟ ਲੈ ਕੇ ਜਾਣਗੇ ਖੈਰਾ ਸਾਹਿਬ ਤੁਸੀਂ ਅਨੰਦਪੁਰ ਸਾਹਿਬ ਦੀ ਸੀਟ ਦੀ ਗੱਲ ਕੀਤੀ ਆ ਕਿਤੇ ਨਾ ਕਿਤੇ ਉੱਥੇ ਵੀ ਤੁਹਾਡਾ ਗੱਠਜੋੜ ਹੋਣ ਜਾ ਰਿਹਾ ਸੀ ਟਕਸਾਲੀ ਅਕਾਲੀ ਦਲ ਨਾਲ ਪਰ ਕਿਤੇ ਨਾ ਕਿਤੇ ਟਕਸਾਲੀ ਨਾਲ ਗੱਠਜੋੜ ਨਹੀਂ ਹੋਇਆ ਵੀਰ ਦਵਿੰਦਰ ਹੁਣ ਵੀ ਕਹਿ ਰਹੇ ਹੈਗੇ ਕਿ ਤੁਹਾਡਾ ਹੰਕਾਰ ਦੇ ਕਾਰਨ ਹੀ ਉਹ ਟੁੱਟ ਚੁੱਕਾ ਕਿਉਂ ਜੇ ਮੈਂ ਹੰਕਾਰ ਕਰਦਾ ਫਿਰ ਬਾਕੀ 13 ਸੀਟਾਂ ਦੇ ਉੱਤੇ ਅਸੀਂ ਗੱਠਜੋੜ 6 ਪਾਰਟੀਆਂ ਨੇ ਕਿੱਦਾਂ ਕਰ ਲਿਆ ਜਿਹੜੇ ਇਕੱਲੇ ਰਹਿ ਗਏ ਨੇ ਉਹ ਹੰਕਾਰ ਕਰਦੇ ਨੇ ਜਿੱਦਾਂ ਹੁਣ ਝਾੜੂ ਇਕੱਲਾ ਰਹਿ ਗਿਆ ਸਰਦਾਰ ਵੀਰ ਦਵਿੰਦਰ ਸਿੰਘ ਇੱਕ ਅੱਛੇ ਆਦਮੀ ਨੇ ਐਵੇਂ ਇਹੋ ਜਿਹੀਆਂ ਬੇਤੁਕੀ ਗੱਲਾਂ ਕਰਦੇ ਨੇ ਕਿਵੇਂ ਦਾ ਲੱਗਦਾ ਬੀਬੀ ਖਾਲੜਾ ਵੀ ਇਸ ਟਾਈਮ ਦੇ ਉੱਤੇ ਵੱਡੀ ਟੱਕਰ ਦੇ ਰਹੇ ਹੈਗੇ ਆ ਤੁਹਾਨੂੰ ਕੀ ਲੱਗਦਾ ਬਾਕੀ ਬੈਂਸ ਬ੍ਰਦਰ ਜਿਵੇਂ ਕਿ ਇਸ ਟਾਈਮ ਦੇ ਉੱਤੇ ਵਧੀਆ ਸੀਟ ਲੱਗਦੀ ਹੈਗੀ ਆ ਪੂਰਾ ਆਲ ਓਵਰ ਕਿੰਨੀਆਂ ਸੀਟਾਂ ਲਗਭਗ ਲੈ ਕੇ ਜਾ ਸਕਦੇ ਤੁਸੀਂ ਦੇਖੋ ਵੀ ਆਰ ਵੈਰੀ ਹੋਪਫੁੱਲ ਕਿ ਸਾਡਾ ਖਡੂਰ ਸਾਹਿਬ ਦੀ ਸੀਟ ਬਹੁਤ ਅੱਛੀ ਰਿਪੋਰਟ ਆ ਲੁਧਿਆਣੇ ਦੀ ਬੈਂਸ ਬ੍ਰਦਰਸ ਦੀ ਡਾਕਟਰ ਗਾਂਧੀ ਦੀ ਬਹੁਤ ਅੱਛੀ ਰਿਪੋਰਟ ਆ ਸਾਨੂੰ ਜਲੰਧਰ ਤੋਂ BSP ਦਾ ਜਿਹੜੇ ਹੈਗਾ ਗੱਠਜੋੜ ਦਾ ਉਹ ਬਹੁਤ ਵੋਟ ਪੈਣ ਦੀ ਉਮੀਦ ਆ ਲਾਈਕਵਾਈਜ਼ ਈਵਨ ਬਠਿੰਡਾ ਵੀ ਆਰ ਗੈਟਿੰਗ ਅ ਵੈਰੀ ਗੁੱਡ ਰਿਸਪੋਂਸ ਮੈਂ ਤਕਰੀਬਨ 600 'ਚੋਂ 400-425 ਪਿੰਡਾਂ 'ਚ ਆਪ ਜਾਇਆ 600 ਪਿੰਡ ਆ ਬਠਿੰਡਾ ਲੋਕ ਸਭਾ 'ਚ ਮਾਈਕਰੋ ਲੈਵਲ ਤੱਕ ਕੈਂਪੇਨ ਕੀਤਾ ਬਹੁਤ ਬੁਰੀ ਹਾਲਤ ਹੈ ਪਿੰਡਾਂ 'ਚ ਪੀਣ ਵਾਲਾ ਪਾਣੀ ਜ਼ਹਿਰੀਲਾ ਵਾ ਸਕੂਲ ਜਿਹੜੇ ਨੇ ਉਹ ਢੱਠੇ ਪਏ ਨੇ ਹੋਸਪਿਟਲ ਡਿਸਪੈਂਸਰੀਆਂ ਫੇਲ ਹੋ ਗਈਆਂ ਬੇਰੁਜ਼ਗਾਰੀ ਬਹੁਤ ਆ ਚਿੱਟਾ ਨਸ਼ਾ ਜਿੱਦਾਂ ਬਾਕੀ ਪੰਜਾਬ 'ਚ ਉਹਦਾ ਲੰਬੀ ਬਾਦਲ ਦੇ ਆਪਣੇ ਜੱਦੀ ਹਲਕੇ ਦੇ ਵਿੱਚ ਬਹੁਤ ਨਸ਼ਾ ਵਾ ਕਿਸਾਨਾਂ ਦੀ ਆਤਮ ਹੱਤਿਆ ਵਾ ਬਠਿੰਡਾ ਅਤੇ ਮਾਨਸਾ ਇੱਕ ਜਿੱਦਾਂ ਕੈਪੀਟਲ ਹੈ ਇੰਡੀਆ ਦਾ ਸਿਮਿਲਰਲੀ ਪਾਣੀ ਦੀ ਪੋਇਜ਼ਨਸ ਹੋਣ ਕਰਕੇ ਇਹ ਕੈਂਸਰ ਦਾ ਵੀ ਕੈਪੀਟਲ ਹੈ ਮਾਨਸਾ ਅਤੇ ਬਠਿੰਡਾ ਅਤੇ ਕਿਹੜੇ ਮੂੰਹ ਨਾਲ ਇਹ ਬਾਦਲ ਅਤੇ ਆਹ ਸਰਕਾਰਾਂ ਜਿਹਨਾਂ ਨੇ ਬਣਾਈਆਂ 8-8, 9-9 ਇਹ ਕਿਹੜੇ ਮੂੰਹ ਨਾਲ ਕਹਿੰਦੇ ਕਿ ਅਸੀਂ ਪੰਜਾਬ ਜਾਂ ਬਠਿੰਡੇ ਦਾ ਵਿਕਾਸ ਕਰਾਇਆ ਹਾਲੇ ਤੱਕ ਅਵਾਰਾ ਪਸ਼ੂ ਅਤੇ ਅਵਾਰਾ ਕੁੱਤੇ ਤਾਂ ਸਾਹਮਣੇ ਨਹੀਂ ਗਏ ਇਹਨਾਂ ਦੇ ਕੋਲੋਂ ਸੋ ਮੈਨੂੰ ਲੱਗਦਾ ਕਿ ਪੰਜਾਬ ਦੇ ਲੋਕ ਬੜੇ ਰੈਵੋਲਿਊਸ਼ਨਰੀ ਚੇਂਜ ਲਿਆਉਣ ਨੂੰ ਤਿਆਰ ਖੜੇ ਨੇ ਹਰਸਿਮਰਤ ਕੌਰ ਬਾਦਲ ਜਿਹੜੇ ਕਿ ਇਸ ਟਾਈਮ ਵੀ ਕਹਿ ਰਹੇ ਹੈਗੇ ਕਿ ਤੁਹਾਨੂੰ ਹਮੇਸ਼ਾ ਹੀ ਟਾਰਗੇਟ ਬਣਾਇਆ ਜਾਂਦਾ ਕਹਿੰਦੇ ਕੁਰਸੀ ਦੀ ਭੁੱਖ ਸੀ ਤੁਸੀਂ ਇੱਕ ਪਾਸੇ ਕੁਰਸੀ ਛੱਡਣੀ ਪਈ ਦੂਜੇ ਪਾਸੇ ਆਪਣਾ ਮਤਲਬ ਕਿ ਦਾਅਵੇਦਾਰੀ ਕੀਤੀ ਹੈ ਕੁਰਸੀ ਦੀ ਭੁੱਖ ਵਾਸਤੇ ਆਪ ਸਾਰੀ ਉਮਰ ਕੁਰਸੀਆਂ ਦੇ ਦੁਆਲੇ ਘੁੰਮਦੇ ਰਹੇ ਅਤੇ ਜਿਹੜੇ ਲੋਕ ਲੜਦੇ ਨੇ ਮੈਂ ਤਾਂ 20 ਸਾਲ ਤੋਂ ਆਪੋਜੀਸ਼ਨ ਦੀ ਲੜਾਈ ਲੜ ਰਿਹਾ ਹਾਂ ਕਿਹੜੀ ਕੁਰਸੀ ਲਈ ਮੈਂ ਇਹਨਾਂ ਤੋਂ ਇੱਕ ਲੀਡਰ ਆਫ ਆਪੋਜੀਸ਼ਨ ਬਣਿਆ ਇੱਕ ਸਾਲ ਮੈਂ ਆਪਣਾ ਕੰਮ ਕੀਤਾ ਔਰ ਉਹ ਜਿਹੜਾ ਕੇਜਰੀਵਾਲ ਆ ਉਹ
ਇਹਨਾਂ ਦੇ ਕਾਂਗਰਸ ਨਾਲ ਮਿਲੀ ਭੁਗਤ ਨਾਲ ਮੈਨੂੰ ਉੱਥੋਂ ਵੀ ਹਟਾ ਦਿੱਤਾ। ਮੈਂ ਉਦੋਂ ਬਾਅਦ ਕਿਹੜੀ ਕੁਰਸੀ ਮੰਗੀ ਆ? ਹੁਣ ਤਾਂ ਜਿਹੜੀ ਸੀਗੀ ਇੱਕ MLA ਦੀ ਸੀਟ ਉਹ ਵੀ ਛੱਡੀ ਹੈ, ਕੌਣ ਛੱਡਦਾ? ਚਪੜਾਸੀ ਦੀ ਵੀ ਸੀਟ ਨਹੀਂ ਕੋਈ ਛੱਡਦਾ। ਜਿਹੜੇ ਲੋਕ ਆਪ ਸੱਤਾ ਦੇ ਭੁੱਖੇ ਨੇ ਅਤੇ ਇਹਨਾਂ ਹਜ਼ਾਰਾਂ ਕਰੋੜਾਂ ਰੁਪਏ ਇਹਨਾਂ ਨੇ ਗਲਤ ਢੰਗ ਨਾਲ ਰਿਸ਼ਵਤਖੋਰੀ ਕਰਕੇ ਭ੍ਰਿਸ਼ਟਾਚਾਰ ਕਮਾਏ, ਇਹ ਸਾਡੇ 'ਤੇ ਇਲਜ਼ਾਮ ਲਾਉਂਦੇ ਨੇ, ਐਵੇਂ ਬੇਤੁਕੇ ਇਲਜ਼ਾਮ। ਇਹਨਾਂ ਦੀ ਕੋਈ ਵੈਲਿਊ ਨਹੀਂ ਗੀ। ਇਸ ਟਾਈਮ 'ਤੇ ਤਾਂ ਤੁਹਾਡੀ ਟੱਕਰ ਹੈਗੀ ਆ ਰਾਜਾ ਵੜਿੰਗ ਦੇ ਨਾਲ, ਉੱਧਰ ਹਰਸਿਮਰਤ ਬਾਦਲ ਹੈਗੀ ਆ, ਅਤੇ ਜੇ ਆਪਾਂ ਗੱਲ ਕਰੀਏ ਆਮ ਆਦਮੀ ਪਾਰਟੀ ਤੋਂ ਬੀਬੀ ਬਲਜਿੰਦਰ ਕੌਰ, ਤੁਹਾਡੇ ਉੱਤੇ ਤੰਜ ਬਹੁਤ ਕੱਸੇ ਜਾ ਰਹੇ ਹੈਗੇ ਆ। ਸੀਟ ਦੀ ਗੱਲ ਕੀਤੀ ਸੀ, ਤੁਸੀਂ ਦੱਸ ਚੁੱਕੇ ਹੈਗੇ ਆ, ਹੋਰ ਤੁਹਾਨੂੰ ਕਿਵੇਂ ਲੱਗਦਾ? ਕਿਹੜੇ ਮੁੱਦਿਆਂ 'ਤੇ ਜਿਹੜੀ PDA ਜਿਹੜਾ ਅੱਗੇ ਆ ਸਕਦਾ? ਪਹਿਲਾਂ ਤਾਂ ਮੈਂ ਆਮ ਆਦਮੀ ਪਾਰਟੀ ਬਾਰੇ ਦੱਸਦਿਆਂ, ਉਹਨਾਂ ਦਾ ਭੋਗ ਪੈ ਚੁੱਕਾ ਵਾ। ਸਿਰਫ ਭਗਵੰਤ ਮਾਨ ਨੂੰ ਆਪਣੇ ਕਮੇਡੀਅਨ ਸਟੇਟਸ ਕਰਕੇ ਲੋਕ ਉਹਨੂੰ ਫੋਲੋ ਕਰ ਰਹੇ ਨੇ, ਬਾਕੀ ਸਾਰੀਆਂ ਸੀਟਾਂ 'ਤੇ ਜਵਾਨਤਾ ਜ਼ਬਤ ਨੇ। ਬਲਜਿੰਦਰ ਕੌਰ ਦਾ ਲੋਕਾਂ ਨੂੰ ਪਤਾ ਲੱਗ ਗਿਆ ਕਿ ਇਹਦਾ ਕਿਰਦਾਰ ਕੀ ਆ। ਇਹਨੇ ਆਪਣੇ ਵਿਆਹ ਦੇ ਉੱਤੇ ਸੁਖਬੀਰ ਬਾਦਲ ਅਤੇ ਬਿਕਰਮ ਮਜੀਠੀਆ ਨੂੰ ਬੁਲਾ ਕੇ ਆਸ਼ੀਰਵਾਦ ਲੈ ਲਿਆ, ਅਮਰਿੰਦਰ ਸਿੰਘ ਤੋਂ ਜਾ ਕੇ ਚੰਡੀਗੜ੍ਹ ਚੱਲ ਕੇ ਸ਼ਗਨ ਲੈ ਲਿਆ। ਲੋਕਾਂ ਨੂੰ ਪਤਾ ਵਾ ਕਿ ਅੰਦਰ ਖਾਤੇ ਕੇਜਰੀਵਾਲ ਅਤੇ ਕਾਂਗਰਸ ਅਤੇ ਅੰਦਰ ਖਾਤੇ ਕੇਜਰੀਵਾਲ ਅਤੇ ਬਿਕਰਮ ਮਜੀਠੀਆ ਸਭ ਰਲੇ ਮਿਲੇ ਹੋਏ ਨੇ। ਸੋ ਜਿੱਥੋਂ ਤੱਕ ਸਾਡਾ PDA ਦਾ ਸਵਾਲ ਹੈਗਾ, ਅਸੀਂ ਇੱਕ ਸਿਧਾਂਤਕ ਗਠਬੰਧਨ ਕੀਤਾ ਵਾ, ਅਸੀਂ ਮਿਨੀਮਮ ਕਾਮਨ ਪ੍ਰੋਗਰਾਮ ਇਸ਼ੂ ਕੀਤਾ ਵਾ, ਅਸੀਂ ਫੈਡਰਲ ਢਾਂਚੇ ਲਈ ਖੜ੍ਹੇ ਹਾਂ, ਅਸੀਂ ਸੂਬਿਆਂ ਦੇ ਵੱਧ ਅਧਿਕਾਰ ਲਈ ਖੜ੍ਹੇ, ਕਿਉਂਕਿ ਜਦ ਤੱਕ ਸਟੇਟਸ ਨੂੰ ਉਹਨਾਂ ਦੇ ਅਧਿਕਾਰ ਨਹੀਂ ਦਿੱਤੇ ਜਾਣਗੇ ਉਦੋਂ ਤੱਕ ਭਾਰਤ ਜਿਹੜਾ ਵਾ ਉਹ ਮਿਹਨੇ ਖੇਸ ਤਰੱਕੀ ਨਹੀਂ ਕਰ ਸਕਦਾ। ਅੱਜ ਸਟੇਟਾਂ ਜਿਹੜੀਆਂ ਨੇ ਉਹ ਗਲੋਰੀਫਾਈਡ ਮਿਊਨਸੀਪੈਲਿਟੀਆਂ ਬਣ ਕੇ ਰਹਿ ਗਈਆਂ। GST ਲੱਗਣ ਤੋਂ ਬਾਅਦ ਜਿਹੜੀ ਮਾੜੀ ਮੋਟੀ ਆਰਥਿਕ ਆਜ਼ਾਦੀ ਸੀ ਉਹ ਵੀ ਸਟੇਟਾਂ ਤੋਂ ਖੋਲ੍ਹੀ ਆ। ਇਹ ਕੋਈ ਪਾਰਟੀ ਨਾ ਅਕਾਲੀ ਦਲ, ਚਲੋ ਕਾਂਗਰਸ ਅਤੇ BJP ਤਾਂ ਕਰ ਹੀ ਨਹੀਂ ਸਕਦੀਆਂ, ਨੈਸ਼ਨਲ ਪਾਰਟੀਜ਼ ਆ, ਝਾੜੂ ਨੂੰ ਤਾਂ ਪਤਾ ਹੀ ਨਹੀਂ ਗਾ ਕਿ ਫੈਡਰਲ ਢਾਂਚਾ ਕੀ ਹੁੰਦਾ ਵਾ। ਸੋ ਸਾਡਾ ਇੱਕ ਅਸੂਲੀ ਗੱਠਜੋੜ ਆ, ਅਸੀਂ ਪੰਜਾਬ ਦੇ ਪਾਣੀਆਂ ਦੀ ਗੱਲ ਕਰ ਰਹੇ ਹਾਂ, ਅਸੀਂ ਪੰਜਾਬ ਦੀ ਭਾਸ਼ਾ ਦੀ ਗੱਲ ਕਰਦੇ ਹਾਂ, ਅਸੀਂ ਪੰਜਾਬ ਚੰਡੀਗੜ੍ਹ ਜਿਹੜਾ ਰਹਿ ਗਿਆ ਰਾਜਧਾਨੀ ਅਸੀਂ ਉਹਦੇ 'ਤੇ ਪਹਿਰਾ ਦੇਵਾਂਗੇ। ਜਿਹੜੇ ਇਸ਼ੂਜ਼ ਅਸਲ ਪੰਜਾਬ ਦੇ ਸੀ, ਜਿਹੜੇ ਸੁਖਬੀਰ ਬਾਦਲ ਹੁਣੇ ਜਿਹਨਾਂ ਨੂੰ ਤਲਾਂਜਲੀ ਦੇ ਚੁੱਕੇ ਨੇ, ਅਸੀਂ ਸਾਰੇ ਉਹਨਾਂ ਮੁੱਦਿਆਂ 'ਤੇ ਪਹਿਰਾ ਦੇਵਾਂਗੇ। ਇਸ ਟਾਈਮ ਜਿਹੜੀ ਖਡੂਰ ਸਾਹਿਬ ਹਲਕੇ ਦੀ ਸੀਟ ਹੈਗੀ ਆ, ਉੱਥੇ ਬੜਾ ਵੱਡਾ ਗੱਠਜੋੜ ਤੁਹਾਡਾ ਹੋ ਚੁੱਕਾ ਹੈਗਾ ਵਾ, ਕਿਤੇ ਨਾ ਕਿਤੇ ਫਿਰ ਵੀ ਆਮ ਆਦਮੀ ਪਾਰਟੀ ਨੇ ਕਿਹਾ ਸੀ ਕਿ ਤੁਸੀਂ ਆਪਣਾ ਉਮੀਦਵਾਰ ਨੂੰ ਆਜ਼ਾਦ ਕਰ ਦਿਓ ਅਤੇ ਅਸੀਂ ਵੀ ਆਪਣੀ ਹਮਾਇਤ ਦੇਵਾਂਗੇ, ਕੀ ਸੋਚਦੇ? ਇਹਨਾਂ ਦੇ ਪੱਲੇ ਕਿਸੇ ਦੀ ਇਹਨਾਂ ਨੇ ਹਮਾਇਤ ਕਾਹਦੇ ਲਈ ਲੈਣੀ ਅਸੀਂ? ਜਿਹੜਾ ਇਹਨਾਂ ਦਾ ਉੱਥੇ ਉਮੀਦਵਾਰ ਉਤਾਰਿਆ ਉਹ ਮਨਜਿੰਦਰ ਕੀ ਨਾਂ ਉਹਦਾ, ਉਹਦੇ 'ਤੇ ਇੱਕ SC ਲੜਕੀ ਹਰਬਿੰਦਰ ਕੌਰ ਨੂੰ ਜਨਤਕ ਤੌਰ 'ਤੇ ਕੁੱਟਦੇ ਹੋਏ ਕੈਮਰੇ 'ਤੇ ਫੜਿਆ ਗਿਆ ਸੀ, 6 ਮਹੀਨੇ ਕੈਦ ਕੱਟ ਕੇ ਆਇਆ, ਔਰ ਇੱਕ ਕ੍ਰਿਮੀਨਲ ਟਾਈਪ ਆਦਮੀ ਆ। ਇਹਨਾਂ ਦੀ ਸਪੋਰਟ ਕਦੇ ਅਸੀਂ ਮੰਗਦੇ ਨਹੀਂ ਸੀ, ਵੀ ਡੋਂਟ ਵਾਂਟ ਦਾ ਸਪੋਰਟ, ਦੇ ਰੱਦੀ ਬੰਦੇ ਨੇ ਬਿਲਕੁਲ ਜੀ। ਖੈਰ ਸਭ ਬੇਅਦਬੀਆਂ ਹੋਈਆਂ ਇਸ ਟਾਈਮ ਦੇ ਉੱਤੇ ਵੀ ਹੋ ਰਹੀਆਂ ਹੈਗੀਆਂ, ਲਗਾਤਾਰ ਜਾਰੀ ਆ। ਹੁਣ ਵੀ ਮਲੇਰਕੋਟਲਾ ਵਿੱਚ 2-3 ਦਿਨ ਪਹਿਲਾਂ ਦੀ ਘਟਨਾ ਹੈਗੀ ਆ, ਗੁਰੂ ਸਾਹਿਬ ਦੇ ਉੱਥੇ ਵੀ ਅੰਗ ਫਿਰ ਗੁਰੂ ਗ੍ਰੰਥ ਸਾਹਿਬ ਜਲ ਚੁੱਕੇ ਉਸ ਟਾਈਮ, ਅਤੇ ਹੋਰ ਵੀ ਕਈਆਂ ਥਾਵਾਂ 'ਤੇ ਬੇਅਦਬੀਆਂ ਹੋਈਆਂ। ਬਰਗਾੜੀ 'ਚ ਮੋਰਚਾ ਲੱਗਾ, ਮੋਰਚਾ ਚੱਕ ਲਿਆ ਜਾਂਦਾ ਵਾ, ਤੁਹਾਡੀ ਵੀ ਵੱਡੀ ਹਮਾਇਤ ਸੀ ਬਰਗਾੜੀ ਮੋਰਚੇ ਨੂੰ, ਕੀ ਲੱਗਦਾ ਕਿਸ ਤਰ੍ਹਾਂ ਰੁਕਣਗੀਆਂ ਸਰਕਾਰਾਂ ਦੀ ਚਾਲ ਆ, ਜਾਂ ਕੀ ਕਹਿ ਸਕਦੇ ਇਹਨੂੰ ਆਪਾਂ? ਇਹ ਸਾਰੀ ਜਿਹੜੀ ਹੈ ਨਾ ਜੀ, ਚਾਹੇ ਉਹ ਬਾਦਲ ਗਵਰਨਮੈਂਟ ਹੈ, ਬਾਦਲ ਹੁਣੀ ਤਾਂ ਚਲੋ ਬੇਈਮਾਨ ਸੀ, ਉਹਨਾਂ ਨੇ ਤਾਂ ਵੋਟਾਂ ਦਾ ਸੌਦਾ ਕਰਨਾ ਸੀਗਾ ਡੇਰਾ ਸੱਚਾ ਸੌਦਾ ਨਾਲ। ਉਹਨਾਂ ਨੇ ਤਾਂ ਬੇਅਦਬੀ ਅਤੇ ਜਿਹੜੇ ਬਹਿਬਲ ਕਲਾਂ ਦੇ ਵਿੱਚ ਜਿਹੜੇ ਕਤਲ ਹੋਏ ਉਹਨਾਂ ਨੂੰ ਪੁਲਿਸ ਵਾਲਿਆਂ ਨੂੰ ਦੋਸ਼ੀਆਂ ਨੂੰ ਬਚਾ ਕੇ ਉਹਨਾਂ ਨੇ ਤਾਂ ਆਪਣਾ ਵੋਟ ਰਾਜਨੀਤੀ ਕੀਤੀ। ਜਿਹੜਾ ਅਮਰਿੰਦਰ ਸਿੰਘ ਆ ਇਹ ਵੀ ਬਾਦਲਾਂ ਦੇ ਨਾਲ ਮਿਲੀ ਭੁਗਤ 'ਚ, ਤੁਸੀਂ ਦੇਖ ਲਓ 2.5 ਸਾਲ ਹੋ ਗਏ ਗੱਲਾਂ ਕਰੀ ਜਾਂਦੇ ਨੇ, ਕਦੀ ਕਮਿਸ਼ਨ ਬਣਾ ਦਿੰਦੇ, ਕਦੀ SIT ਬਣਾ ਦਿੰਦੇ ਨੇ, ਕਦੀ ਆਹ ਕਰਦੇ ਹਾਂ, ਕਦੀ ਉਹ ਕਰਦੇ ਹਾਂ, ਕੀਤਾ ਕੱਖ ਵੀ ਨਹੀਂ ਗਾ। ਇਹ ਜਿਹੜੇ ਦੋਨੇ ਪਾਰਟੀਆਂ ਨੇ ਨਾ ਜੀ, ਕਾਂਗਰਸ ਅਤੇ ਅਕਾਲੀ ਦਲ, ਇਹਨਾਂ ਦਾ ਏਜੰਡਾ ਇਹਨਾਂ ਇਸ਼ੂਜ਼ 'ਤੇ ਫੋਕਸਡ ਹੈ ਹੀ ਨਹੀਂ ਗਾ, ਸਿਰਫ ਲਫਜ਼ੀ ਬਿਆਨ ਹੈ। ਕੱਲ੍ਹ ਦਾ ਵੀ ਇੱਕ ਲਫਜ਼ੀ ਬਿਆਨ ਸੀ ਕੈਪਟਨ ਅਮਰਿੰਦਰ ਸਿੰਘ ਦਾ, ਬਰਗਾੜੀ ਦੇ ਵਿੱਚ ਵੱਡੀ ਰੈਲੀ ਕੀਤੀ ਸੀ ਜਿਹਦੇ 'ਚ ਰਾਹੁਲ ਜੀ ਵੀ ਉੱਥੇ ਪਹੁੰਚੇ ਸੀ, ਅਤੇ ਉਹਨਾਂ ਕਿਹਾ ਸੀ ਕਿ 125 ਕੌਲਾਂ ਮੰਤਾਰ ਬਰਾੜ ਨੇ ਇਹਨਾਂ ਨੂੰ ਕੀਤੀਆਂ ਹੈਗੀਆਂ, ਅਤੇ ਇੱਕ ਪਾਸੇ ਪ੍ਰਕਾਸ਼ ਸਿੰਘ ਬਾਦਲ ਕਹਿ ਰਹੇ ਮੈਨੂੰ ਪਤਾ ਨਹੀਂ ਹੈਗਾ, ਉਹ ਇਸ ਟਾਈਮ ਦੇ ਉੱਤੇ ਕੁਛ ਬੋਲੇ ਹੈ, ਕਿਵੇਂ ਲੱਗਦਾ ਤੁਹਾਨੂੰ? ਨਹੀਂ, ਪਹਿਲਾਂ ਕੈਪਟਨ ਸਾਹਿਬ ਇਹ ਦੱਸਣ ਕਿ ਕਹਿੰਦੇ ਜੀ ਅਸੀਂ ਬਰਗਾੜੀ ਦੇ ਉੱਤੇ ਇਨਸਾਫ ਦੇਵਾਂਗੇ, ਜਿਹੜਾ ਸਿੱਖ ਕਤਲੇਆਮ ਹੋਇਆ ਸੀ ਰਾਹੁਲ ਗਾਂਧੀ ਨੇ ਕੀ ਇਨਸਾਫ ਦਿੱਤਾ ਉਹਦੇ 'ਤੇ? ਜਿਹੜਾ 35 ਸਾਲ ਦਾ ਹਜ਼ਾਰਾਂ ਸਿੱਖਾਂ ਦਾ ਕਤਲ ਹੋਇਆ ਉੱਥੇ ਤਾਂ ਕਾਂਗਰਸ ਨੇ ਇਨਸਾਫ ਦਿੱਤਾ ਨਹੀਂ ਗਾ, ਕਿਹੜੇ ਮੂੰਹ ਨਾਲ ਲੋਕਾਂ ਦਾ ਯਕੀਨ ਕਰਨਗੇ ਕਿ ਅਸੀਂ ਬਰਗਾੜੀ 'ਤੇ ਇਨਸਾਫ ਦੇਵਾਂਗੇ? ਔਰ ਇਹਨਾਂ ਦਾ ਜਿਹੜਾ ਸੈਮ ਪਿਟਰੋਡਾ ਜਿਹੜਾ ਰਾਜੀਵ ਗਾਂਧੀ ਦਾ ਐਡਵਾਈਜ਼ਰ ਸੀ ਟੈਲੀਕਾਮ, ਉਹਦੇ ਚੰਦ ਦਿਨ ਪਹਿਲਾਂ ਬਿਆਨ ਤੁਸੀਂ ਸੁਣ ਤਾਂ ਲਿਆ ਵਾ, ਉਹਨੂੰ ਪੱਤਰਕਾਰਾਂ ਨੇ ਪੁੱਛਿਆ ਕਿ ਜਿਹੜਾ ਸਿੱਖ ਕਤਲੇਆਮ ਹੋਇਆ ਕਾਂਗਰਸ ਨੇ ਉਹਦੇ 'ਤੇ ਇਨਸਾਫ ਕਿਉਂ ਨਹੀਂ ਦਿੱਤਾ? ਕਹਿੰਦਾ ਹੋਆ ਤਾਂ ਹੋਆ, ਕਹਿੰਦਾ ਹੋ ਗਿਆ ਤਾਂ ਹੋ ਗਿਆ, ਜੋ ਜੋ ਕਰਨਾ ਕਰ ਲਓ। ਇਹ ਤਾਂ ਕਾਂਗਰਸ ਜਿਹੜੀ ਹੈ ਨਾ ਜੀ, ਜਸਟ ਬਿਕੋਜ਼ ਅੱਜ ਉਹਨਾਂ ਦੀ ਸਰਕਾਰ ਆ, ਬੱਸਾਂ 'ਚ ਢੋ ਕੇ ਬੰਦੇ ਇਕੱਠੇ ਕਰ ਲੈਂਦੇ। ਤੁਸੀਂ ਦੇਖਿਆ ਪ੍ਰਿਯੰਕਾ ਦੀ ਰੈਲੀ 'ਚ ਜਿਹੜੇ ਕਿੱਦਾਂ ਪਕੌੜਿਆਂ ਨੂੰ ਪੈ ਗਏ ਲੋਕ,
ਮੈਨੂੰ ਤਾਂ ਡਰ ਸੀਗਾ ਕਿ ਇੱਥੇ ਪਕੌੜੇ ਖਾਂਦੇ ਖਾਂਦੇ ਕੜਾਹੀ 'ਚ ਨਾ ਡਿੱਗ ਪੈਣ। ਇਸ ਲੈਵਲ ਦਾ ਜਿਹੜਾ ਵੋਟਰ ਆ ਉਹਦੀ ਐਕਸਪਲੋਇਟੇਸ਼ਨ ਕਾਂਗਰਸ ਵਰਗੇ ਅਤੇ ਅਕਾਲੀ ਦਲ ਵਰਗੇ ਪਾਰਟੀਆਂ ਕਰਦੀਆਂ ਨੇ। ਹਾਂਜੀ ਖੈਰਾ ਸਾਹਿਬ, ਜਿਵੇਂ ਐੱਨ ਆਰ ਆਈ ਵੀਰਾਂ ਦੀ ਗੱਲ ਕਰਦੇ ਹਾਂ ਹੁਣ ਆਪਾਂ, ਕਿਉਂਕਿ ਵਿਦੇਸ਼ਾਂ ਦੀ ਧਰਤੀ ਦੇ ਉੱਤੇ ਚੈਨਲ ਦੇਖਿਆ ਜਾ ਰਿਹਾ ਹੈਗਾ, ਐੱਨ ਆਰ ਆਈ ਵੀਰ ਸਪੋਰਟ ਬਹੁਤ ਕਰਦੇ ਆ। ਜਿਵੇਂ ਆਮ ਆਦਮੀ ਪਾਰਟੀ ਤੁਸੀਂ ਗੱਲ ਕਰ ਰਹੇ, ਆਮ ਆਦਮੀ ਪਾਰਟੀ ਨੂੰ ਬਹੁਤ ਵੱਡੀ ਸਪੋਰਟ ਦਿੱਤੀ ਸੀ, ਕਿਤੇ ਨਾ ਕਿਤੇ ਇਸ ਟਾਈਮ ਖੇਰੂ ਖੇਰੀ ਹੋ ਚੁੱਕੀ ਆ, ਤੁਸੀਂ ਵੀ ਦੱਸ ਚੁੱਕੇ ਹੋ ਅਤੇ ਵੈਸੇ ਵੀ ਲੋਕਾਂ ਨੂੰ ਪਤਾ ਲੱਗ ਚੁੱਕਾ, ਤੁਹਾਨੂੰ ਵੀ ਬੜੀ ਵੱਡੀ ਐੱਨ ਆਰ ਆਈ ਵੀਰਾਂ ਦੀ ਸਪੋਰਟ ਹੈਗੀ ਆ। ਕਿਵੇਂ ਲੈਂਦੇ ਇਸ ਚੀਜ਼ ਨੂੰ? ਉਹ ਲੋਕ ਬਦਲਾਅ ਚਾਹੁੰਦੇ ਆ, ਪਰ ਕਿਤੇ ਨਾ ਕਿਤੇ ਇੱਥੇ ਰਵਾਇਤੀ ਪਾਰਟੀਆਂ ਫਿਰ ਕਾਮਯਾਬ ਹੋ ਰਹੀਆਂ। ਦੇਖੋ ਇੱਦਾਂ ਨਾ, ਐੱਨ ਆਰ ਆਈਜ਼ ਬਿਕੋਜ਼ ਵਿਕਸਿਤ ਮੁਲਕਾਂ 'ਚ ਰਹਿੰਦੇ, ਉਹਨਾਂ ਨੇ ਆਪਣਾ ਸਾਰਾ ਅੱਛਾ ਸਿਸਟਮ ਸਮਝ ਲਿਆ, ਉਹਨਾਂ ਦਾ ਲੈਵਲ ਆਫ ਅਵੇਅਰਨੈਸ ਬਹੁਤ ਉੱਤੇ ਚਲੇ ਗਿਆ, ਅਤੇ ਮਤਲਬ ਪ੍ਰੈਕਟੀਕਲ ਆ ਜੋ ਅਸਲ ਡੈਮੋਕ੍ਰੇਸੀ ਜਮਹੂਰੀਅਤ ਹੋਣੀ ਚਾਹੀਦੀ ਹੈ। ਇਸ ਲਈ ਉਹਨਾਂ ਨੂੰ ਇੱਕ ਵਾਰ ਅਰਵਿੰਦ ਕੇਜਰੀਵਾਲ ਤੋਂ ਉਮੀਦ ਸੀ, ਉਹਨੇ ਉਹਨਾਂ ਦਾ ਸਾਰਾ ਸੁਪਨਾ ਤੋੜ ਦਿੱਤਾ। ਹੁਣ ਉਹ ਸਾਰੇ ਪੰਜਾਬ ਦੇ ਹਿਤੈਸ਼ੀ ਨੇ, ਉਹ ਉਹਨਾਂ ਨੂੰ ਪਤਾ ਕਿ ਕਾਂਗਰਸ ਅਤੇ ਅਕਾਲੀ ਦਲ ਜਿਹੜੇ ਨੇ ਉਹ ਪੰਜਾਬ ਦੇ ਹਿੱਤ ਵਿੱਚ ਹੁਣ ਆਪਣਾ ਏਜੰਡਾ ਜਾਂ ਆਪਣੀ ਗੱਲਬਾਤ ਨਹੀਂ ਕਰਦੇ, ਤਾਂ ਸਾਡੇ ਗੱਠਜੋੜ ਦੇ ਨਾਲ ਉਹਨਾਂ ਨੇ ਬਹੁਤ ਸਾਨੂੰ ਸਹਿਯੋਗ ਦਿੱਤਾ ਵਾ, ਅਤੇ ਉਹ ਆਪਣਾ ਯਤਨ ਹੀ ਕਰ ਰਹੇ ਨੇ, ਉਹ ਆਪਣੇ ਘਰਾਂ ਦੇ ਵਿੱਚ ਆਪਣੇ ਪਿੰਡਾਂ ਦੇ ਵਿੱਚ ਬਹੁਤ ਕੋਸ਼ਿਸ਼ ਕਰਦੇ ਨੇ, ਉਹ ਸ਼ਲਾਘਾਯੋਗ ਆ। ਇੱਕ ਦਿਨ ਉਹਨਾਂ ਦੀ ਐਫਰਟਸ ਜ਼ਰੂਰ ਰੰਗ ਲੈ ਕੇ ਆਵੇਗੀ। ਐੱਨ ਆਰ ਆਈ ਤੋਂ ਆਪਾਂ ਗੱਲ ਕਰਦੇ ਹੈਗੇ ਹਾਂ ਜੱਗੀ ਜੋਲ, ਜੱਗੀ ਜੋਲ ਨੂੰ ਜਿਹੜਾ ਕਿ ਕਾਫੀ ਲੰਬੇ ਸਮੇਂ ਤੋਂ ਇਸ ਟਾਈਮ 'ਤੇ ਫੜਿਆ ਹੋਇਆ ਵਾ, ਅਤੇ ਜੇਲ੍ਹ ਤਬਦੀਲੀਆਂ ਦੀ ਗੱਲ ਕਰਦੇ ਹਾਂ, ਕਿਤੇ ਨਾ ਕਿਤੇ ਬਰਗਾੜੀ ਦੇ ਵਿੱਚ ਵੱਡੀ ਮੰਗ ਸੀ ਕਿ ਜਿਹੜੇ ਸਿੰਘ ਪੰਜਾਬ ਦੇ ਜ਼ਿਲ੍ਹਿਆਂ ਤੋਂ ਬਾਹਰ ਹੈਗੇ ਆ, ਜੇ ਤੁਸੀਂ ਰਿਹਾਅ ਨਹੀਂ ਕਰ ਸਕਦੇ ਉਹਨੂੰ ਪੰਜਾਬ ਦੇ ਜ਼ਿਲ੍ਹਿਆਂ 'ਚ ਤਬਦੀਲ ਕਰੋ। ਪਰ ਹੁਣ ਲੱਗ ਰਿਹਾ ਕਿ ਇਹ ਜਿਹੜਾ ਜੱਗੀ ਜੋਲ ਅਤੇ ਹੋਰ ਵੀ 12-13 ਨਾਲ ਮੁੰਡੇ ਹੈਗੇ ਸੀ, ਉਹਨਾਂ ਨੂੰ ਦੁਬਾਰਾ ਤਿਹਾੜ ਜੇਲ੍ਹ ਸ਼ਿਫਟ ਕੀਤਾ ਜਾ ਰਿਹਾ, ਇਹਦੇ ਉੱਤੇ ਕਿਵੇਂ ਲੈਣਾ ਤੁਸੀਂ? ਦੇਖੋ, ਇਹ ਗੱਲ ਕੋਈ ਸ਼ੱਕ ਨਹੀਂ ਗੀ ਕਿ ਇੱਥੇ ਜਿਹੜੀਆਂ ਏਜੰਸੀਆਂ ਨੇ ਇਹ ਮਤਲਬ ਜਿਹੜੇ ਵਿਕਟਮਾਈਜੇਸ਼ਨ ਬਹੁਤ ਕਰਦੇ ਨੇ ਆਪਣੇ ਉਣਤਾਈਆਂ ਨੂੰ ਕਵਰ ਅਪ ਕਰਨ ਲਈ, ਇਹਦਾ ਕੋਈ ਪਤਾ ਨਹੀਂ ਕਿਹਨੂੰ ਫਰੇਮ ਅਪ ਕਰ ਦੇਣਾ ਇਹਨਾਂ ਨੇ। ਜੱਗੀ ਜੋਹਲ ਦਾ ਵੀ ਲੋਕਾਂ ਨੂੰ ਬਹੁਤ ਸ਼ੁਭਾ ਵਾ ਕਿ ਇਸ ਤਰ੍ਹਾਂ ਦੇ ਨਾਲ ਇਹਨੂੰ ਇੱਕ ਫਰੇਮ ਅਪ ਕੀਤਾ ਗਿਆ। ਅੱਜ ਵੀ ਮੈਂ ਇੱਕ ਨਿਊਜ਼ ਰਿਪੋਰਟ ਪੜ੍ਹ ਰਿਹਾ ਸੀ ਕਿ ਜਿਹੜਾ ਮਿਨਿਸਟਰੀ ਆਫ ਹੋਮ ਅਫੇਅਰਸ ਆ, ਉਹ ਆਪਣੀਆਂ ਮੀਟਿੰਗਾਂ ਦਸਤਾਵੇਜ਼ ਦੇ ਵਿੱਚ ਜਿਹੜਾ ਕਸ਼ਮੀਰ ਦੇ ਵਿੱਚ ਜਾਂ ਮੁਸਲਮਾਨਾਂ ਦਾ ਟੈਰਰਿਜ਼ਮ ਆ, ਮੁਸਲਮਾਨਾਂ ਦੀ ਜਿਹੜੀ ਜੱਦੋਜਹਿਦ ਉਹਨੂੰ ਮੁਸਲਿਮ ਟੈਰਰਿਜ਼ਮ ਕਹਿੰਦੇ ਨੇ, ਈਵਨ ਸਿੱਖਾਂ ਦਾ ਨਾਂ ਵੀ ਹਾਲੇ ਤੱਕ ਵੀ ਜੋੜੀ ਜਾਂਦੇ ਨੇ ਸਿੱਖ ਟੈਰਰਿਜ਼ਮ। ਜਿਹੜੇ ਲੋਕ ਫੈਨੈਟਿਕ ਹਿੰਦੂਜ਼ ਨੇ, ਜਿਨ੍ਹਾਂ ਨੇ ਆ ਪ੍ਰਗਿਆ ਜਿਹੜੀ ਉਹ ਹੈਗੀ ਆ ਸਾਧਨੀ, ਜਿਨ੍ਹਾਂ ਨੇ ਐਡੇ ਵੱਡੇ ਵੱਡੇ ਕਾਂਡ ਕਰਾਏ, ਉਹਨਾਂ ਦਾ ਕੋਈ ਟੈਰਰਿਜ਼ਮ ਨਹੀਂ ਗਿਣਦੇ, ਉਹਨਾਂ ਦੇ ਨੈਸ਼ਨਲਿਜ਼ਮ ਦੀ ਆੜ ਵਿੱਚ ਉਹਨਾਂ ਦੇ ਸਾਰਾ ਪਰਦਾ ਪਾ ਦਿੰਦੇ। ਸੋ ਕਿਤੇ ਨਾ ਕਿਤੇ ਘੱਟ ਗਿਣਤੀਆਂ 'ਤੇ ਬੀਜੇਪੀ ਦਾ ਬਹੁਤ ਮਤਲਬ ਹਮੇਸ਼ਾ ਹਮਲਾ ਰਹਿੰਦਾ ਵਾ। ਇਸ ਕਰਕੇ ਇਹਨਾਂ ਏਜੰਸੀਆਂ ਦੀਆਂ ਰਿਪੋਰਟਾਂ 'ਤੇ ਜੋ ਇੱਕ ਜਿਸ ਢੰਗ ਦੇ ਨਾਲ ਇਹ ਲੋਕਾਂ ਨੂੰ ਫਰੇਮ ਕਰਦੇ, ਸਭ ਨੂੰ ਸ਼ੁਭਾ ਵਾ, ਕੋਈ ਪਤਾ ਨਹੀਂ ਗਾ ਇਹਨਾਂ ਦੀ ਕੀ ਚਾਲਾਂ ਨੇ ਜੀ। ਖੈਰਾ ਸਾਹਿਬ, ਜਦੋਂ ਆਵਾਜ਼ ਬੁਲੰਦ ਦੀ ਗੱਲ ਚੱਲਦੀ ਆ, ਜਦੋਂ ਕੋਈ ਆਵਾਜ਼ ਬੁਲੰਦ ਕਰਦਾ ਵਾ, ਜੇ ਪਾਣੀ ਦੇ ਮਸਲੇ ਦੀ ਗੱਲ ਹੁੰਦੀ ਆ ਤਾਂ ਉਹਨਾਂ ਨੂੰ ਫੜਿਆ ਜਾਂਦਾ ਵਾ, ਪਰਚੇ ਕਰ ਦਿੱਤੇ ਜਾਂਦੇ ਆ। ਜੇ ਪੰਜਾਬੀ ਮਾਂ ਬੋਲੀ ਦੀ ਗੱਲ ਆਉਂਦੀ ਆ ਤਾਂ ਕਿਤੇ ਨਾ ਕਿਤੇ ਫੜ ਲਿਆ ਜਾਂਦਾ ਵਾ। ਜਦੋਂ ਲੋਕ ਹਿੱਤ ਆਪਣੇ ਲੋਕ ਆਪਣੀ ਆਵਾਜ਼ ਬੁਲੰਦ ਕਰਦੇ ਆ, ਕਿਤੇ ਨਾ ਕਿਤੇ ਉਹਨਾਂ ਦੇ ਪਰਚੇ ਹੋ ਜਾਂਦੇ ਆ। ਹੁਣ ਵੀ ਥੋੜ੍ਹੇ ਦਿਨਾਂ ਦੀ ਗੱਲ ਆ, ਇਹ ਕਾਫਲਾ ਚੱਲਿਆ ਸੀ ਜਿਹਦੇ ਵਿੱਚ ਕਿ ਲੱਖਾਂ ਸਧਾਣਾ ਵੀ ਨਾਲ ਸੀ, ਜਦੋਂ ਬਾਦਲ ਦੇ ਘਰ ਦੇ ਮੋਹਰੇ ਪਹੁੰਚੇ ਅਤੇ ਉੱਥੇ ਕਿਤੇ ਨਾ ਕਿਤੇ ਉਹਦੇ 307 ਦਾ ਪਰਚਾ ਹੋ ਚੁੱਕਾ ਸੀ, ਨਾਲ ਆਉਣ ਪਛਾਤੇ ਹੋਰ ਵੀ ਲਿਖੇ ਗਏ ਹੈਗੇ ਆ, ਲੱਖੇ ਸਧਾਣੇ ਨੂੰ ਟਾਰਗੇਟ ਕੀਤਾ ਜਾ ਰਿਹਾ, ਤੁਸੀਂ ਇਸ ਨੂੰ ਕਿਵੇਂ ਲੈਂਦੇ ਆ? ਗਲਤ ਗੱਲ ਹੈ, ਮੈਂ ਤਾਂ ਉਹਦੀ ਸਪੋਰਟ ਕੀਤੀ ਆ। ਇਹ ਸਾਰਾ ਉਹੀ ਗੱਲ ਹੈ ਨਾ ਕਿ ਅੱਜ ਪੰਜਾਬ ਦੇ ਵਿੱਚ ਕਹਿਣ ਨੂੰ ਜਮਹੂਰੀਅਤ ਦਾ ਵੈਸੇ ਤਾਨਾਸ਼ਾਹੀ ਰਾਜ ਹੈ, ਜਿਹੜਾ ਆਦਮੀ ਕੋਈ ਆਪਣੀ ਆਵਾਜ਼ ਬੁਲੰਦ ਕਰਦਾ, ਚਾਹੇ ਉਹ ਕਿਸੇ ਇਸ਼ੂ 'ਤੇ ਕਰਦਾ, ਉਹਨੂੰ ਚੱਕ ਕੇ ਪਰਚੇ ਦਰਜ ਕਰਕੇ ਝੂਠੇ, ਉਹਦਾ ਅਸਲ 'ਚ ਇਹ ਸਿਸਟਮ ਹੈ। ਇੱਥੇ ਜਿਹੜੇ ਵਿਰੋਧੀਆਂ ਦੀ ਆਵਾਜ਼ ਬੰਦ ਕਰਾਉਣ ਦਾ ਇੱਕ ਪੁਲਿਸ ਉਹਨਾਂ ਦੇ ਕੋਲ ਇੱਕ ਹੱਥ ਠੋਕਾ ਬਣ ਕੇ ਕੰਮ ਕਰ ਰਹੀ ਹੈ। ਮੇਰੇ 'ਤੇ ਵੀ ਇੱਦਾਂ 5-6 ਮੁਕੱਦਮੇ ਬਾਦਲਾਂ ਨੇ 10 ਸਾਲ ਪਹਿਲਾਂ ਕੀਤੇ, ਹੁਣ ਕੈਪਟਨ ਸਾਹਿਬ ਨੇ ਡਰੱਗਸ ਦਾ ਕੇਸ ਕੀਤਾ ਹੋਇਆ, ਮੈਨੂੰ ਤਾਂ ਸੁਪਰੀਮ ਕੋਰਟ ਨੇ ਜਾ ਕੇ ਬਚਾਇਆ ਵਾ। ਸੋ ਇਹ ਆਪਣੇ ਵਿਰੋਧੀਆਂ 'ਤੇ ਝੂਠੇ ਪਰਚੇ ਦਰਜ ਕਰਕੇ ਉਹਨਾਂ ਦੀ ਆਵਾਜ਼ ਬੰਦ ਕਰਾਉਂਦੇ, ਇਹ ਰੂਟੀਨ ਪ੍ਰੈਕਟਿਸ ਹੈ ਇੱਥੇ। ਨੌਜਵਾਨੀ ਬਾਰੇ ਕੀ ਸੋਚਦੇ ਹਾਂ? ਇੱਕ ਸਾਡੀ ਜਿਹੜੀ ਪੀੜ੍ਹੀ ਹੈਗੀ ਸੀ ਕਿਤੇ ਨਾ ਕਿਤੇ ਪੰਜਾਬ ਦੇ ਵਿੱਚ ਅੱਜ ਤੋਂ ਦੌਰ ਪਹਿਲਾਂ ਚੱਲਿਆ ਸੀ ਅਤੇ ਉਸ ਟਾਈਮ 'ਤੇ ਮਾਰ ਮੁਕਾ ਦਿੱਤੀ ਜੀ, ਉਹਦੇ ਵਿੱਚ ਤੁਹਾਡੀ ਬੀਬੀ ਪਰਮਜੀਤ ਖੋਲੜਾ ਜਿਹੜੇ ਕਿ ਤੁਹਾਡੇ ਉਮੀਦਵਾਰੀ ਹੈਗੇ ਆ, ਬੜੀ ਵੱਡੀ ਆਵਾਜ਼ ਬੁਲੰਦ ਕੀਤੀ ਉਸ ਪਰਿਵਾਰ ਨੇ, ਅਤੇ ਇਸ ਟਾਈਮ ਦੇ ਉੱਤੇ ਕੁਛ ਕਟਹਿਰੇ 'ਚ ਖੜੇ ਵੀ ਕੀਤੇ ਹੈਗੇ ਆ, ਕੁਛ ਨੂੰ ਸਜ਼ਾਵਾਂ ਵੀ ਮਿਲੀਆਂ ਹੈਗੀਆਂ। ਜੇ ਦੂਜੀ ਪੀੜ੍ਹੀ ਸੀ ਉਹ ਨਸ਼ਿਆਂ ਨੇ ਖਾ ਲਈ, ਤਾਂ ਤੀਜੀ ਪੀੜ੍ਹੀ ਸਾਡੀ ਜਿਹੜੀ ਨੌਜਵਾਨੀ ਦੀ ਬਾਹਰ ਜਾ ਰਹੀ ਹੈ, ਇਹਦੇ ਬਾਰੇ ਕਿੱਦਾਂ? ਦੇਖੋ, ਇੱਥੇ ਕੋਈ ਪੋਲਿਸੀ ਹੈ ਨਹੀਂ ਗੀ, ਇਹ ਤਾਂ ਐਵੇਂ ਜਿਹਨੂੰ ਕਹਿੰਦੇ ਆ ਕਿ ਰੱਬ ਆਸਰੇ ਦੇਸ਼ ਚੱਲ ਰਿਹਾ ਵਾ। ਪੰਜਾਬ ਦੇ ਵਿੱਚ ਜਿਹੜਾ ਕੈਪਟਨ ਬਾਦਲ, ਇਹਨਾਂ ਨੇ ਕਦੇ ਕੋਈ ਫੋਕਸ ਕਰਕੇ ਕਿਸੇ ਤਰ੍ਹਾਂ ਦੀ ਪੋਲਿਸੀ, ਜਿੱਦਾਂ ਯੂਥ ਦੀ ਪੋਲਿਸੀ, ਆਫਟਰ ਆਲ ਇੱਕ ਤੁਹਾਡਾ ਐਡਾ ਵੱਡਾ ਪੜ੍ਹਿਆ ਲਿਖਿਆ ਵਰਗ ਅੱਗੇ ਆ ਰਿਹਾ ਵਾ, ਅੱਜ 3.25 ਕਰੋੜ ਆਬਾਦੀ 'ਚੋਂ 44 ਲੱਖ ਦੇ ਕਰੀਬ ਬੱਚਾ ਜਿਹੜਾ 8ਵੀਂ ਤੋਂ ਲੈ ਕੇ MA ਤੱਕ ਬੇਰੁਜ਼ਗਾਰ ਆ। ਇਹਨਾਂ ਨੇ ਬੈਠ ਕੇ ਕਦੀ ਸੋਚਿਆ ਹੀ ਨਹੀਂ ਗਾ ਕਿ ਅਸੀਂ ਇਹਨਾਂ ਨੂੰ ਕੋਈ ਇਹਨਾਂ ਦੀ ਐਨਰਜੀਜ਼ ਨੂੰ ਚੈਨਲਾਈਜ਼ ਕਰੀਏ, ਕੁਛ ਲੋਕ ਖੇਤੀ ਵਿੱਚ ਜਾਣ,
ਕੁਛ ਲੋਕ ਸਕਿੱਲਡ ਲੇਬਰ ਵਿੱਚ ਜਾਣ, ਕੁਛ ਲੋਕਾਂ ਨੂੰ ਇੰਡਸਟਰੀ ਵਿੱਚ ਭੇਜਿਆ ਜਾਵੇ, ਕੁਛ ਲੋਕਾਂ ਨੂੰ ਸੈਲਫ ਹੈਲਪ ਫਾਈਨੈਂਸਿੰਗ ਦਿੱਤੀ ਜਾਵੇ, ਕੁਛ ਕਰਜ਼ਾ ਦਿੱਤਾ ਜਾਵੇ, ਕੁਛ ਵਿਆਜ ਘੱਟ ਦੇ, ਕੁਛ ਸੋਚਿਆ ਨਹੀਂ ਕਿਸੇ ਨੇ। ਇਹ ਅਸਲ 'ਚ ਬਾਦਲ ਕੈਪਟਨ ਇਹਨਾਂ ਦਾ ਆਪਣਾ ਹੀ ਏਜੰਡਾ ਜੀ, ਆਪਣੇ ਪੈਸੇ ਕਮਾਉਣ ਤੋਂ ਇਹਨਾਂ ਦਾ ਵਿਹਲ ਨਹੀਂ ਗਾ, ਇਹਨਾਂ ਨੂੰ ਕੋਈ ਪਰਵਾਹ ਨਹੀਂ ਗੀ ਕੋਈ ਮਰਦਾ ਕੋਈ ਜੀਂਦਾ। ਔਰ ਅੱਜ ਸਾਡਾ ਜਿਹੜਾ ਯੂਥ ਹੈ ਉਹ ਐਕਚੁਲੀ ਹੋਪਲੈਸ ਹੋ ਗਿਆ, ਉਹਨਾਂ ਨੂੰ ਪਤਾ ਲੱਗ ਗਿਆ ਕਿ ਇੱਥੇ ਸਾਡੇ ਲਈ ਕੁਛ ਨਹੀਂ ਗਾ। ਪੜ੍ਹੇ ਲਿਖੇ ਬੱਚੇ ਲੜਕੀਆਂ ਸਭ ਸਟੱਡੀ ਵੀਜ਼ਾ ਲੈ ਕੇ ਆ, ਸਾਰੇ ਬੋਰਡ ਲੱਗੇ ਹੋਣੇ ਬਠਿੰਡਾ ਪਿੰਡਾਂ ਤੱਕ ਪਹੁੰਚ ਗਏ ਨੇ ਆਈਲੈਟਸ ਇੰਗਲਿਸ਼ ਸਪੀਕਿੰਗ ਕੋਰਸ ਆਪਣੇ ਪੜ੍ਹਾਈ ਕਰਦੇ ਨੇ, ਉਹ ਕੋਰਸ ਸਿੱਖਦੇ ਨੇ, 20-25 ਲੱਖ ਰੁਪਏ ਲੈ ਕੇ ਵਿਦੇਸ਼ਾਂ ਨੂੰ ਭੱਜਦੇ ਨੇ। ਤੁਸੀਂ ਅੰਦਾਜ਼ਾ ਲਾ ਲਓ ਕਿ ਜੇ 50,000 ਨੌਜਵਾਨ ਪੰਜਾਬ 'ਚੋਂ ਵਿਦੇਸ਼ਾਂ ਵਿੱਚ ਜਾਂਦਾ, ਉਹਦੇ ਨਾਲ ਜੇ 20 ਲੱਖ ਰੁਪਇਆ ਵੀ ਔਸਤਨ ਲੈ ਕੇ ਜਾਂਦਾ, ਕਿੰਨੀ ਵੱਡੀ ਰਾਸ਼ੀ ਸਾਡੀ ਇਸ ਪੰਜਾਬ ਵਿੱਚੋਂ, ਨਾਲੇ ਪੜ੍ਹਿਆ ਲਿਖਿਆ ਵਰਗ ਚਲੇ ਗਿਆ, ਨਾਲੇ ਇਕੋਨਮੀ ਡਰੇਨ ਹੋ ਗਈ। ਪੀਡੀਏ ਕੀ ਸੋਚੂਗੀ ਨੌਜਵਾਨੀ ਵਾਸਤੇ, ਕਿਸਾਨੀ ਵਾਸਤੇ, ਕਿਸਾਨ ਆਤਮ ਹੱਤਿਆ ਕਰ ਰਿਹਾ, ਨੌਜਵਾਨ ਬਾਹਰ। ਅਸੀਂ ਆਹ ਇਲੈਕਸ਼ਨ ਲੜ ਲਈਏ, ਪਹਿਲਾਂ ਲੋਕਾਂ ਦਾ ਇੱਕ ਦੇਖ ਲਈਏ ਕਿ ਲੋਕ ਕਿੱਥੇ ਖੜ੍ਹੇ ਨੇ। ਉਸ ਤੋਂ ਬਾਅਦ ਸਾਡੇ ਕੋਲ 2022 ਤਾਈਂ ਲਗਭਗ 2.5 ਸਾਲ ਦਾ ਸਮਾਂ ਵਾ, ਅਸੀਂ ਫਿਰ ਬੈਠ ਕੇ ਇਕੱਲੇ ਇਕੱਲੇ ਇੰਪੋਰਟੈਂਟ ਇਸ਼ੂਜ਼ ਦਾ ਰੋਡ ਮੈਪ ਬਣਾਵਾਂਗੇ। ਜਿੱਦਾਂ ਨੌਜਵਾਨਾਂ ਵਾਸਤੇ ਕੀ ਆ, ਡਰੱਗਸ ਦਾ ਕੀ ਕਰ ਸਕਦੇ ਹਾਂ, ਇੰਡਸਟਰੀ ਦਾ ਕੀ ਕਰ ਸਕਦੇ ਹਾਂ, ਐਗਰੀਕਲਚਰ ਦਾ ਕੀ ਕਰ ਸਕਦੇ, ਇਹ ਸਾਰੀਆਂ ਗੱਲਾਂ ਬੈਠ ਕੇ ਅੱਛੇ ਤਰੀਕੇ ਨਾਲ ਠੰਡੇ ਦਿਮਾਗ ਨਾਲ ਕਰਾਂਗੇ। ਪਰ ਹੁਣ ਇਮੀਜੀਏਟ ਟਾਸਕ ਇਸ ਆਹ ਇਲੈਕਸ਼ਨਸ ਦਾ, ਲੋਕਾਂ ਦਾ ਰੁਝਾਨ ਦੇਖੀਏ ਕੀ ਕਰਦੇ ਨੇ। ਬਠਿੰਡੇ ਦੇ ਵਿੱਚ ਤੁਸੀਂ ਫਿਰ ਰਹੇ ਹੈਗੇ ਆ, ਬਾਦਲ ਸਾਹਿਬ ਨੇ ਹੋਕਾ ਦਿੱਤਾ ਸੀ ਕਿ ਪੰਜਾਬ ਨੂੰ ਕੈਲੀਫੋਰਨੀਆ ਬਣਾ ਦੇਵਾਂਗੇ, ਕਿਤੇ ਨਾ ਕਿਤੇ ਜੇ ਪੰਜਾਬ ਦੇ ਵਿੱਚ ਕੈਂਸਰ ਦੀ ਜ਼ਿਆਦਾ ਗੱਲ ਆਉਂਦੀ ਆ ਤਾਂ ਉਹ ਬਠਿੰਡੇ ਤੋਂ ਹੀ ਹਵਾ ਨਿਕਲਦੀ ਹੈਗੀ ਕਿ ਬਠਿੰਡੇ 'ਚ ਸਾਰਾ ਕੁਝ ਹੋ ਰਿਹਾ। ਇੱਥੇ ਇੱਕ ਟ੍ਰੇਨ ਵੀ ਚੱਲਦੀ ਆ ਜਿਹੜੀ ਕਿ ਬਿਲਕੁਲ ਭਰ ਕੇ ਇਸ ਟਾਈਮ ਦੇ ਉੱਤੇ ਕੈਂਸਰ ਪੀੜਤ ਜਿਹੜੇ ਕਿ ਬਾਹਰਲੇ ਦੇਸ਼ਾਂ 'ਚ ਬਾਹਰਲੀ ਜਗ੍ਹਾ 'ਤੇ ਜਾ ਕੇ ਆਪਣਾ ਇਲਾਜ ਕਰਵਾ ਰਹੇ ਆ। ਕੋਈ ਸ਼ੱਕ ਥੋੜ੍ਹਾ, ਮੈਂ ਤਾਂ ਪਹਿਲਾਂ ਦੱਸਤਾ ਤੁਹਾਨੂੰ ਕਿ ਬਾਦਲ ਹੁਣੀ ਬੋਗਸ ਗੱਲਾਂ ਕਰਦੇ ਨੇ, ਕੈਲੀਫੋਰਨੀਆ ਬਣਾਤਾ ਆਖੇ। ਪਿੰਡਾਂ 'ਚ ਤਾਂ ਪੀਣ ਵਾਲਾ ਪਾਣੀ ਤਾਂ ਪਹੁੰਚਾ ਨਹੀਂ ਸਕੇ 72 ਸਾਲ ਦੀ ਆਜ਼ਾਦੀ ਤੋਂ ਬਾਅਦ, 5 ਵਾਰ ਚੀਫ ਮਿਨਿਸਟਰ ਰਹਿ ਗਏ, ਸਾਰਾ ਜ਼ਹਿਰੀਲਾ ਪਾਣੀ ਆ ਬਠਿੰਡਾ ਲੋਕ ਸਭਾ ਦੇ ਪੇਂਡੂ ਇਲਾਕਿਆਂ 'ਚ, ਈਵਨ ਸ਼ਹਿਰ 'ਚ ਬਹੁਤ ਵੱਡੇ ਪੱਧਰ 'ਤੇ ਕੈਂਸਰ ਆ। ਹਰ ਪਿੰਡ 'ਚ 8-8, 10-10 ਤਾਜ਼ੇ ਮਰੀਜ਼ ਮੈਨੂੰ ਮਿਲੇ ਆਪਣੀ ਮੀਟਿੰਗਾਂ ਦੇ ਵਿੱਚ। ਸੋ ਇਹ ਜਿਹੜਾ ਕਹਿੰਦੇ ਕਿ ਬਠਿੰਡਾ ਅਸੀਂ ਕੈਲੀਫੋਰਨੀਆ ਬਣਾਤਾ, ਅਸਲ ਵਿੱਚ ਇਹ ਇੱਕ ਤਾਂ ਆਤਮ ਹੱਤਿਆ ਦੀ ਰਾਜਧਾਨੀ ਹੈ ਅਤੇ ਇੱਕ ਇਹ ਕੈਂਸਰ ਦੀ ਰਾਜਧਾਨੀ। ਲਾਸਟ ਦੇ ਵਿੱਚ ਮੈਂ ਚੱਲੂੰਗਾ ਇੱਕ ਵਾਰੀ ਬਰਗਾੜੀ ਮੋਰਚੇ ਦੀ ਗੱਲ ਕਰਦੇ ਹੈਗੇ ਹਾਂ। ਬਰਗਾੜੀ ਦੇ ਵਿੱਚ ਜਦੋਂ ਰਾਜ ਭਾਗ ਲੈਣਾ ਸੀ ਕੈਪਟਨ ਅਮਰਿੰਦਰ ਸਿੰਘ ਨੇ, ਤਾਂ ਇਸ ਇਲਾਕੇ ਦੇ ਵਿੱਚ ਇਸ ਜਗ੍ਹਾ ਵੱਲ ਜਿੱਥੇ ਕਿ ਦਮਦਮਾ ਸਾਹਿਬ ਧਰਤੀ ਵੱਲ ਮੂੰਹ ਕਰਕੇ ਸਹੁੰ ਖਾਧੀ ਸੀਗੀ ਨਸ਼ਾ ਮੁਕਤ ਪੰਜਾਬ ਦੀ, ਹੋਰ ਵੀ ਬੜੇ ਵੱਡੇ ਲੁਭਾਵ ਨੇ ਵਾਅਦੇ ਕੀਤੇ ਸੀ। ਇਸ ਟਾਈਮ ਵੀ 72,000 ਦਾ ਕਾਂਗਰਸ ਵਾਅਦਾ ਕਰ ਰਹੀ ਆ ਅਤੇ 15 ਲੱਖ ਦਾ ਵਾਅਦਾ ਕੀਤਾ ਸੀ ਮੋਦੀ ਸਾਹਿਬ ਨੇ ਵੀ ਕਿ ਤੁਹਾਨੂੰ 15 ਲੱਖ ਦਿੱਤਾ ਜਾਊਗਾ, 72,000 ਦਾ ਹੁਣ ਵੀ ਵਾਅਦਾ ਕੀਤਾ ਜਾ ਰਿਹਾ। ਅਤੇ ਕੱਲ੍ਹ ਦਾ ਜੋ ਬਿਆਨ ਹੈਗਾ ਵਾ ਉਸੇ ਧਰਤੀ ਤੋਂ, ਫਿਰ ਬਰਗਾੜੀ ਦੀ ਧਰਤੀ ਤੋਂ ਫਿਰ ਕੋਸਿਆ ਗਿਆ ਬਾਦਲ ਪਰਿਵਾਰ ਨੂੰ ਹੀ ਕੈਪਟਨ ਵੱਲੋਂ, ਕੀ ਤੁਹਾਨੂੰ ਲੱਗਦਾ ਕਿ ਕੇਵਲ ਵੋਟਾਂ ਦੇ ਵੇਲੇ ਚੇਤਾ ਆਉਂਦਾ, 2.5 ਸਾਲ ਬਿਲਕੁਲ ਸੌਂ ਜਾਂਦੇ ਆ? ਇਹਦੇ 'ਚ ਕੋਈ ਸ਼ੱਕ ਹੈਗਾ ਵਾ? ਇਹਦਾ 100% ਕੱਲ੍ਹ ਰਾਹੁਲ ਗਾਂਧੀ ਦਾ ਫਰੀਦਕੋਟ ਬਰਗਾੜੀ 'ਚ ਆਉਣਾ ਅਤੇ ਕੈਪਟਨ ਦਾ ਉੱਥੇ ਬਿਆਨ ਦੇਣਾ ਕਿ ਮੈਂ ਬਰਗਾੜੀ ਦਾ ਉਹਨਾਂ ਦਾ ਮੈਮੋਰੀਅਲ ਬਣਾਊਂਗਾ। ਉਹਨਾਂ ਨੂੰ ਇਨਸਾਫ ਤਾਂ ਦਿੱਤਾ ਨਹੀਂ, 2.25 ਸਾਲ ਅੱਧਾ ਟਰਮ ਲੰਘ ਗਿਆ ਕੈਪਟਨ ਦੀ, ਉਹਨਾਂ ਨੂੰ ਕੋਈ ਜਸਟਿਸ ਨਹੀਂ ਦਿੱਤਾ। ਪੁਲਿਸ ਵਾਲਿਆਂ ਨੂੰ ਪਹਿਲਾਂ ਬਾਦਲਾਂ ਨੇ ਬਚਾਇਆ, ਹੁਣ ਕੈਪਟਨ ਸਾਹਿਬ ਪੁਲਿਸ ਨੂੰ ਵੀ ਬਚਾ ਰਹੇ, ਬਾਦਲ ਨੂੰ ਵੀ ਬਚਾ ਰਹੇ ਆ, ਇਹ ਸਾਰੀਆਂ ਲਫਜ਼ੀ ਗੱਲਾਂ ਨੇ। ਇਸ ਲਈ ਕੈਪਟਨ ਸਾਹਿਬ ਨੇ ਜਿਹੜੀ ਸਹੁੰ ਚੁੱਕ ਕੇ ਗੁਟਕਾ ਸਾਹਿਬ, ਉਹ ਸਾਰੀ ਫੇਲ ਹੋ ਗਈ ਹੈ। ਜਿਹੜਾ ਇਹ ਕਹਿੰਦੇ ਕਿ ਅਸੀਂ ਨਸ਼ੇ ਦੇ ਮਾਫੀਆ ਦਾ ਲੱਕ ਤੋੜਤਾ, ਮੈਂ ਕਿਹਾ ਬਾਦਲ ਸਾਹਿਬ ਮਾਫੀਆ ਦਾ ਕੋਈ ਲੱਕ ਨਹੀਂ ਟੁੱਟਿਆ, ਪੁਲਿਸ ਵਾਲੇ ਤੁਹਾਡੇ ਲੀਡਰ ਸਭ ਚਾਂਗਰਾ ਮਾਰਦੇ ਨੇ ਵਿੱਚ ਨਸ਼ੇ ਦਾ ਮਾਫੀਆ, ਲੱਕ ਉਹਨਾਂ ਦਾ ਉਹਨਾਂ ਲੋਕਾਂ ਦਾ ਟੁੱਟਾ ਜਿਨ੍ਹਾਂ ਨੇ ਆਪਣੇ ਬੱਚਿਆਂ ਦੀਆਂ ਲਾਸ਼ਾਂ ਆਪਣੇ ਮੋਢਿਆਂ 'ਤੇ ਚੱਕ ਕੇ ਸ਼ਮਸ਼ਾਨ ਘਾਟਾ ਛੱਡ ਗਏ ਨੇ, ਉਹਨਾਂ ਦਾ ਲੱਕ ਟੁੱਟਾ। ਇਹਨੇ ਕਿਹਾ ਕਿ ਮੈਂ 4 ਲੱਖ ਨੌਕਰੀ ਦਿੱਤੀ ਪੰਜਾਬ ਦੇ ਵਿੱਚ, ਸਾਰਾ ਫਾਲਸ ਕਲੇਮ। ਜੇ 4 ਲੱਖ ਨੌਕਰੀ ਦਿੱਤੀ ਆ ਫਿਰ ਤਾਂ ਹਰ ਪਿੰਡ ਵਿੱਚ 40-50 ਨੌਕਰੀਆਂ ਆਉਣੀਆਂ ਚਾਹੀਦੀਆਂ ਸੀ। ਮੈਂ ਸਾਰਿਆਂ ਪਿੰਡਾਂ 'ਚ ਲੋਕਾਂ ਤੋਂ ਆਵਾਜ਼ ਲਵਾ ਕੇ ਪੁੱਛਿਆ ਕਿ ਤੁਹਾਨੂੰ ਅਮਰਿੰਦਰ ਨੇ ਕੋਈ ਨੌਕਰੀ ਦਿੱਤੀ, ਸਭ ਸਿਰ ਹਿਲਾ ਕੇ ਕਹਿੰਦੇ ਜੀ ਸਵਾਲ ਹੀ ਪੈਦਾ ਨਹੀਂ ਹੁੰਦਾ। 15 ਲੱਖ ਨੂੰ ਅਤੇ 72,000 ਨੂੰ ਕਿਵੇਂ ਲੈਣੇ? ਦੋਵੇਂ ਪਾਰਟੀਆਂ ਇੱਕ ਵੱਡੇ ਵਾਅਦੇ ਕਰਕੇ ਆਈਆਂ ਸੀ, ਦੂਜੀ 72,000 ਵਾਲੀ ਪਾਰਟੀ ਆ ਰਹੀ ਹੈ। ਟੋਟਲ ਫਰੋਡ ਹੈ ਜੀ ਇਸ ਸਿਸਟਮ ਦੇ ਵਿੱਚ। ਤੁਸੀਂ ਦੇਖੋ ਨਾ, ਰਾਹੁਲ ਗਾਂਧੀ ਕਹਿੰਦਾ ਕਿ ਮੈਂ 72,000 ਰੁਪਇਆ ਅਕਾਊਂਟ 'ਚ ਪਾਊਂਗਾ, ਉਹਦਾ ਚੀਫ ਮਿਨਿਸਟਰ ਗੁਟਕਾ ਸਾਹਿਬ ਫੜ ਕੇ ਝੂਠ ਬੋਲ ਗਿਆ ਵਾ, ਉਹ ਵੈਦੇ ਨਹੀਂ ਪੂਰੇ ਕੀਤੇ, ਰਾਹੁਲ ਗਾਂਧੀ ਦੇ ਕਿੱਦਾਂ ਲੋਕ ਯਕੀਨ ਕਰ ਲੈਣਗੇ? ਔਰ ਮੋਦੀ ਸਾਹਿਬ 15-15 ਲੱਖ ਰੁਪਏ ਦੀ ਗੱਲ ਕਰਦੇ ਸੀਗੇ, 15 ਪੈਸੇ ਵੀ ਨਹੀਂ ਦਿੱਤੇ। ਇਹ ਸਾਰਾ ਨਾ ਜੀ ਇੱਕ ਆਪਣੇ ਦੇਸ਼ ਵਿੱਚ ਇੱਕ ਰਿਵਾਜ਼ ਬਣ ਗਿਆ ਕਿ ਝੂਠ ਨੂੰ ਬੋਲੋ, ਇੰਨਾ ਬੋਲੋ, ਬਾਰ ਬਾਰ ਬੋਲੋ ਕਿ ਲੋਕਾਂ ਨੂੰ ਸੱਚ ਲੱਗਣ ਲੱਗ ਜਾਏ। GST ਦੇ ਨੋਟਬੰਦੀ ਨੂੰ ਕਿਵੇਂ ਲੈਂਦੇ ਆ? ਕਿਹੋ ਜਿਹਾ ਮਾਹੌਲ ਤੁਹਾਨੂੰ ਪਿੰਡਾਂ ਜਾ ਕੇ ਪਤਾ ਲੱਗਦਾ ਹੈਗਾ ਵਾ ਇਸ ਟਾਈਮ ਤੁਸੀਂ ਵਿਚਾਰ? ਕੁਛ ਵੀ ਨਹੀਂ ਹੋਇਆ ਜੀ, ਐਵੇਂ ਫਰੋਡ ਸੀਗਾ, ਉਹ ਸਿਰਫ ਗਰੀਬਾਂ ਨੂੰ ਤੰਗ ਕੀਤਾ, ਅਮੀਰਾਂ ਦੀਆਂ ਨਾ ਨੋਟਬੰਦੀ 'ਚ ਕੋਈ ਪਰਵਾਹ ਉਹਨਾਂ ਨੂੰ ਸੀ, ਨਾ ਉਹਨਾਂ ਨੂੰ ਕੋਈ GST ਨਾਲ ਪਰਵਾਹ। ਇਹ ਤਾਂ ਛੋਟਾ ਟ੍ਰੇਡਰ, ਛੋਟੇ ਵਪਾਰੀ ਅਤੇ ਆਮ ਦੁਕਾਨਦਾਰ 'ਤੇ GST ਦਾ ਅਸਰ ਪਿਆ, ਨੋਟਬੰਦੀ ਦਾ ਸਾਰਾ ਮਿਡਲ ਕਲਾਸ ਅਤੇ ਲੋਅਰ ਮਿਡਲ ਕਲਾਸ 'ਤੇ ਅਸਰ ਪਿਆ, ਉਹਨਾਂ ਨੂੰ ਕਈ ਕਈ ਦਿਨ ਬੈਂਕਾਂ 'ਚ ਖੜ੍ਹੇ ਕਰਤਾ। ਜਿਹੜੇ ਅੰਬਾਨੀ, ਅਡਾਨੀ, ਟਾਟੇ ਬਿਰਲੇ, ਬਾਦਲ ਕੈਪਟਨ,
ਉਹਦਾ ਬਾਰੋ ਬਾਰੀ ਕੰਮ ਕਰਾਈ ਜਾਂਦੇ ਸੀਗੇ। ਲਾਸਟ ਦੇ ਵਿੱਚ ਕੀ ਕਹਿਣਾ ਚਾਹੋਗੇ ਐਨ ਆਰ ਆਈ ਵੀਰ ਤੁਹਾਡੇ ਵੱਲ ਦੇਖ ਰਹੇ ਹੈਗੇ ਆ? ਪਿਛਲੀ ਵਾਰ ਜਦੋਂ ਗੱਲ ਕੀਤੀ ਸੀ ਆਮ ਆਦਮੀ ਪਾਰਟੀ ਦੀ, ਆਮ ਆਦਮੀ ਪਾਰਟੀ ਵੱਲ ਵੀ ਲੋਕਾਂ ਨੇ ਦੇਖਿਆ ਸੀ, ਐਨ ਆਰ ਆਈ ਵੀਰਾਂ ਨੇ ਤੁਹਾਨੂੰ ਬਹੁਤ ਵੱਡਾ ਸਹਿਯੋਗ ਦਿੱਤਾ ਸੀ, ਤੁਸੀਂ ਆਪੋਜਿਟ ਦੇ ਲੀਡਰ ਵੀ ਰਹੇ ਆ ਇਸ ਟਾਈਮ ਦੇ ਉੱਤੇ, ਫਿਰ ਪੀ ਡੀ ਏ ਨਾਲ ਅਲਾਇੰਸ ਕਰਕੇ ਇੱਕ ਵੱਡੀ ਤੀਜੀ ਧਿਰ ਬਣ ਕੇ ਸਾਹਮਣੇ ਆਏ ਹੋਗੇ ਐਨ ਆਰ ਆਈ ਵੀਰਾਂ ਦਾ। ਇਸ ਨੂੰ ਮੈਂ ਕਹਿਣਾ ਕਿ ਹੌਸਲਾ ਨਹੀਂ ਛੱਡਣਾ ਆਪਣੇ ਤਾਂ, ਕੀ ਕਹਿੰਦੇ ਪੰਜਾਬ ਵਿੱਚ ਜੰਮਿਆਂ ਨੂੰ ਨਿੱਤ ਮੁਹਿੰਮਾਂ ਆਪਾਂ ਤਾਂ ਲੜਨਾ ਵਾ, ਸਾਡੇ ਗੁਰੂ ਸਾਹਿਬ ਲੜਦੇ ਰਹੇ ਨੇ, ਆਪਣੇ ਕੋਲ ਵਿਰਸਾ ਇਹ, ਵੀ ਸ਼ੁੱਡ ਨੋਟ ਲੂਜ਼ ਹਾਰਟ ਕਿ ਜੀ ਪਹਿਲਾਂ ਪੀ 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 ਸੀ ਜੀ ਉਹ ਸਾਥ ਛੱਡ ਗਿਆ, ਫਿਰ ਕੇਜਰੀਵਾਲ ਦਗਾ ਦੇ ਗਿਆ। ਹਰ ਆਦਮੀ ਦਾ ਆਪਣਾ ਕਿਰਦਾਰ ਹੁੰਦਾ, ਅਸੀਂ ਤੁਹਾਡੇ ਲਈ ਅੰਤ ਤੱਕ ਲੜਾਂਗੇ, ਅਖੀਰ ਤੱਕ ਲੜਾਂਗੇ ਔਰ ਧੋਖਾ ਨਹੀਂ ਦਿਆਂਗੇ, ਇਹ ਮੇਰਾ ਪ੍ਰੋਮਿਸ ਆ ਸਾਰੇ ਐਨ ਆਰ ਆਈਜ਼ ਤੋਂ। ਬਿਲਕੁਲ ਜੀ, ਸਰ ਸੁਖਪਾਲ ਸਿੰਘ ਖਹਿਰਾ ਜੀ ਅਤੇ ਐਨ ਆਰ ਆਈ ਵੀਰਾਂ ਨਾਲ ਖਾਸ ਕਰਕੇ ਗੱਲ ਕੀਤੀ ਹੈਗੀ ਤੁਹਾਡੇ ਨਾਲ ਕਿ ਅੰਤ ਤੱਕ ਤੁਹਾਡੀ ਲੜਾਈ ਲੜਦੇ ਰਹਿਣਗੇ, ਜਿਹੜੇ ਵੀ ਮਸਲੇ ਤੁਹਾਡੇ ਹੋਣਗੇ ਹੱਲ ਹੋਣਗੇ, ਅਤੇ ਜੇ ਆਪਾਂ 72 ਜਾਂ 15 ਲੱਖ ਦੀ ਗੱਲ ਕਰਦੇ ਹਾਂ ਤਾਂ ਇਹ ਜੁਮਲਾ ਹੀ ਦੱਸ ਰਹੇ ਆ ਸਾਰੇ, ਕਿਉਂਕਿ 15 ਲੱਖ ਤਾਂ ਆਇਆ ਨਹੀਂ ਹੈਗਾ ਇਸ ਟਾਈਮ ਦੇ ਉੱਤੇ, ਜੁਮਲਾ ਜਿਹੜਾ ਕਿ 72 ਹਜ਼ਾਰ ਦਾ ਫਿਰ ਦੱਸਿਆ ਜਾ ਰਿਹਾ ਹੈਗਾ ਵਾ। ਦੇਖਦੇ ਹਾਂ ਇਹ ਵਾਅਦੇ ਵਫਾ ਹੁੰਦੇ ਆ। ਪੀ ਡੀ ਦਾ ਅਲਾਇੰਸ ਜਿਹੜਾ ਇਸ ਟਾਈਮ ਦੇ ਉੱਤੇ ਬਹੁਤ ਵੱਡਾ ਅਲਾਇੰਸ, ਜੇ ਮੈਂ ਪੰਜਾਬ ਦੀ ਧਰਤੀ 'ਤੇ ਕਹਾਂ, ਆਮ ਆਦਮੀ ਪਾਰਟੀ ਤੋਂ ਬਾਅਦ ਦੇ ਵਿੱਚ ਤੀਜੀ ਧਿਰ ਜਿਹੜੀ ਉੱਭਰ ਕੇ ਸਾਹਮਣੇ ਆਈ ਆ, ਕੀ ਲੱਗਦਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਤੀਜੀ ਧਿਰ ਜਿਹੜੀ ਪੀ ਡੀ ਏ ਦੀ ਕਿੰਨੀਆਂ ਕੁ ਸੀਟਾਂ ਲੈ ਕੇ ਜਾਊਗੀ, ਉੱਪਰ ਸਰਕਾਰ ਕਿਹੜੀ ਬਣਦੀ ਆ? 2 ਦਿਨ ਰਹਿ ਚੁੱਕੇ ਹੈਗੇ ਆ, ਉਹ ਤੋਂ ਬਾਅਦ 'ਚ ਵੋਟਾਂ ਪੈਣੀਆਂ ਹੈ 19 ਤਰੀਕ ਨੂੰ, ਅਤੇ 23 ਦਾ ਰਿਜ਼ਲਟ ਦੱਸੂਗਾ ਕਿਹੜੀ ਕੇਂਦਰ ਸਰਕਾਰ ਆਉਂਦੀ ਆ, ਪੀ ਡੀ ਏ ਨੂੰ ਕਿੰਨੀ ਕੁ ਹਮਾਇਤ ਪ੍ਰਾਪਤ ਹੁੰਦੀ ਆ, ਆਮ ਆਦਮੀ ਪਾਰਟੀ ਕਿੰਨਵੇਂ ਨੰਬਰ 'ਤੇ ਜਾਂਦੀ ਆ, ਕਾਂਗਰਸ ਜਾਂ ਅਕਾਲੀ ਦਲ ਕਿੰਨੇ ਕੁ ਦਾਅਵੇਦਾਰ ਕਰ ਰਿਹਾ ਹੈਗਾ, ਭਾਜਪਾ ਕਿੰਨੀਆਂ ਸੀਟਾਂ ਲੈ ਕੇ ਪੰਜਾਬ ਦੇ ਵਿੱਚੋਂ ਜਿੱਤਦੀ ਹੈਗੀ ਆ, ਇਹਦੇ 23 ਤਰੀਕ ਨੂੰ ਪਤਾ ਲੱਗੂਗਾ। ਖਹਿਰਾ ਸਾਹਿਬ ਦਾ ਧੰਨਵਾਦ ਕਰਦੇ ਹਾਂ ਅਤੇ ਫਿਰ ਮਿਲਾਂਗੇ ਵੋਟਾਂ ਤੋਂ ਬਾਅਦ ਦੇ ਵਿੱਚ, ਅਤੇ ਜਿਹੜੇ ਕਿ ਵਾਅਦੇ ਕੀਤੇ ਜਾਂਦੇ ਆ ਲੁਭਾਵਣੇ ਵਾਅਦੇ, ਉਹਨਾਂ ਬਾਰੇ ਵੀ ਗੱਲਾਂ ਬਾਤਾਂ ਕਰਾਂਗੇ। ਧੰਨਵਾਦ ਫਿਰ ਕਰਦੇ ਹੈਗੇ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।